ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਸੈਂਸਟਾਈਜੇਸ਼ਨ ਆਫ ਸਟੂਡੈਂਟਸ ਔਨ ਦਾ ਗਲੋਬਲ ਇਸ਼ੂ ਆਫ ਰਿਸੋਰਸਸ ਐਂਡ ਟੈਕਨੋਲੋਜੀ ਅਵੇਲੇਬਿਲਟੀ ਇਨ ਇਕੁਐਲਿਟੀ ਸੰਸਾਧਨ ਤੇ ਟੈਕਨੋਲੋਜੀ ਮੀਨ ਦੇ ਰਿਸੋਰਸਸ ਐਂਡ ਟੈਕਨੋਲੋਜੀ ਦੀ ਜਿਹੜੀ ਅਸਮਾਨੀ ਉਪਲਬਧਤਾ ਹੈ ਮੀਨ ਜਿਹੜੇ ਕਿ ਇਕੁਅਲੀ ਅਵੇਲੇਬਲ ਨਹੀਂ ਹੈਗੇ ਇਹ ਜਿਹੜਾ ਇੱਕ ਗਲੋਬਲ ਇਸ਼ੂ ਹੈ ਇਹਦੇ ਉੱਪਰ ਵਿਦਿਆਰਥੀਆਂ ਦਾ ਜਿਹੜਾ ਸੰਵੇਦੀਕਰਨ ਹੈ ਉਹ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਸੰਵੇਦੀਕਰਨ ਮੀਨਸ ਕਿ ਬੱਚਿਆਂ ਦੇ ਵਿੱਚ ਜਿਹੜੀ ਸੈਂਸਿਟੀਵਿਟੀ ਹੈ ਜਾਂ ਜਿਹੜੀ ਅਵੇਅਰਨੈਸ ਹੈ ਉਹ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ ਫਸਟ ਇਹਦੇ ਵਿੱਚ ਹੈ ਏਮ ਆ ਏਮਸ ਆਫ ਐਜੂਕੇਸ਼ਨ ਰਿਗਾਰਡਿੰਗ ਗਲੋਬਲ ਇਸ਼ੂਸ ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਐਜੂਕੇਸ਼ਨ ਆ ਉਹਦੇ ਉਦੇਸ਼ ਦੇ ਵਿੱਚ ਇਹ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ ਕਿ ਗਲੋਬਲ ਇਸ਼ੂਸ ਕੀ ਨੇ ਤੇ ਸੇ ਬੱਚਿਆਂ ਨੂੰ ਇਹਨਾਂ ਬਾਰੇ ਕਿਵੇਂ ਅਵੇਅਰ ਕਰ ਸਕਦੇ ਆ ਕਿਉਂਕਿ ਕਿ ਐਜੂਕੇਸ਼ਨ ਹੀ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਜਿਹਦੇ ਨਾਲ ਅਸੀਂ ਜਿਹੜੀ ਹਰ ਤਰ੍ਹਾਂ ਦੀ ਅਵੇਅਰਨੈਸ ਉਹ ਫੈਲਾ ਸਕਦੇ ਆ ਇਸ ਕਰਕੇ ਜਿਹੜੇ ਗਲੋਬਲ ਇਸ਼ੂਜ਼ ਨੇ ਉਹਨਾਂ ਨਾਲ ਰਿਲੇਟਡ ਜਿਹੜੇ ਐਜੂਕੇਸ਼ਨ ਦੇ ਉਹ ਏਮ ਹੋਣੇ ਜ਼ਰੂਰੀ ਨੇ ਤਾਂ ਜੋ ਜਿਹੜੇ ਅਸੀਂ ਬੱਚੇ ਨੇ ਉਹਨਾਂ ਨੂੰ ਪਹਿਲਾਂ ਤੋਂ ਹੀ ਅਵੇਅਰ ਕਰ ਸਕੀਏ ਕਿ ਇਹ ਜਿਹੜੀਆਂ ਪ੍ਰੋਬਲਮਸ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ ਨੈਕਸਟ ਹੈ ਰੋਲ ਆਫ ਟੀਚਰ ਟੀਚਰ ਨੇ ਜਿਹੜਾ ਆਪਣਾ ਪੋਜੀਟਿਵ ਰੋਲ ਪਲੇ ਕਰਨਾ ਹੁੰਦਾ ਹੈ ਟੀਚਰ ਨੇ ਹੀ ਬੱਚਿਆਂ ਨੂੰ ਮੋਟੀਵੇਟ ਕਰਨਾ ਹੁੰਦਾ ਹੈ ਦੱਸਣਾ ਹੁੰਦਾ ਉਹਨਾਂ ਨੂੰ ਨੋਲਿਜ ਪ੍ਰੋਵਾਈਡ ਕਰਨੀ ਹੁੰਦੀ ਹੈ ਕਿ ਇਹ ਜਿਹੜੀ ਇਨੀ ਕੁਆਲਿਟੀ ਹੈ ਰਿਸੋਰਸ ਦੇ ਵਿੱਚ ਜਾਂ ਟੈਕਨੋਲੋਜੀ ਦੇ ਵਿੱਚ ਕਿਉਂ ਸਾਰਿਆਂ ਦੇ ਕੋਲ ਇਕੁਅਲ ਨਹੀਂ ਹੈ ਜਿੱਦਾਂ ਕਿ ਸਾਰੇ ਕੰਟਰੀਜ਼ ਕੋਲ ਨਹੀਂ ਨਾ ਇਕੁਅਲ ਉਸੇ ਤਰੀਕੇ ਨਾਲ ਲੋਕਾਂ ਦੇ ਕੋਲ ਵੀ ਇਕੁਅਲ ਨਹੀਂ ਜੇਕਰਸੀਂ ਪੂਰੇ ਇੰਡੀਆ ਦੀ ਗੱਲ ਕਰੀਏ ਇੱਥੇ ਵੀ ਸਾਰੇ ਲੋਕਾਂ ਕੋਲ ਜਿਹੜੀ ਟੈਕਨੋਲੋਜੀ ਐ ਰਿਸੋਰਸਸ ਨੂੰ ਬਰਾਬਰ ਦੇ ਨਹੀਂ ਹੈਗੇ ਇਸ ਕਰਕੇ ਜਿਹੜੇ ਟੀਚਰ ਆ ਉਹਨੇ ਬੱਚਿਆਂ ਨੂੰ ਅਵੇਅਰ ਕਰਨਾ ਹੈ ਕਿ ਇਹਨਾਂ ਚੀਜ਼ਾਂ ਜਿਹੜੀਆਂ ਸਾਡੇ ਕੋਲ ਘਟ ਨੇ ਤਾਂ ਅਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਸਹੀ ਯੂਟਿਲਾਈਜ਼ ਕਰ ਸਕਦੇ ਹਾਂ ਨੈਕਸਟ ਹੈ ਟੈਕਨੋਲੋਜੀ ਇੰਟੀਗ੍ਰੇਟਡ ਟੀਚਿੰਗ ਸਟ੍ਰੈਟਜਿਸ ਫਿਰ ਜਿਹੜੀ ਟੀਚਿੰਗ ਸਟ੍ਰੈਟਜਿਸ ਜਦੋਂ ਬਣਾਉਣੀਆਂ ਹੈ ਤਾਂ ਉਹਦੇ ਵਿੱਚ ਜਿਹੜੀ ਟੈਕਨੋਲੋਜੀ ਹੈ ਉਹਨੂੰ ਇੰਟੀਗ੍ਰੇਟ ਕਰਨਾ ਹੈ ਤਾਂ ਕਿ ਸਾਰੇ ਲੋਕਾਂ ਤੱਕ ਜਿਹੜੀ ਟੈਕਨੋਲੋਜੀ ਉਹ ਪਹੁੰਚ ਸਕੇ ਕਿਉਂਕਿ ਜਦੋਂ ਜਿਹੜੀਆਂ ਪੜਾਉਣ ਦੇ ਨਾਲ ਸੰਬੰਧਿਤ ਰਣਨੀਤੀਆਂ ਤਿਆਰ ਹੋਣਗੀਆਂ ਤਾਂ ਉਹਦੇ ਵਿੱਚ ਜਦੋਂ ਟੈਕਨੋਲੋਜੀ ਨੂੰ ਇੰਟੀਗ੍ਰੇਟ ਕੀਤਾ ਜਾਏਗਾ ਇਕੀਗ੍ਰਿਤ ਕੀਤਾ ਜਾਏਗਾ ਜੋੜਿਆ ਜਾਏਗਾ ਮੀਨਸ ਟੈਕਨੋਲੋਜੀ ਦੇ ਨਾਲ ਪੜਾਇਆ ਜਾਏਗਾ ਤਾਂ ਜਿਹੜੇ ਸਾਰੇ ਬੱਚੇ ਨੂੰ ਆਟੋਮੈਟਿਕਲੀ ਜਿਹੜੀ ਟੈਕਨੋਲੋਜੀ ਉਹਨੂੰ ਯੂਜ਼ ਕਰਨਾ ਸਿੱਖਦੇ ਰਹਿਣਗੇ ਕੋਲੈਬੋਰੇਟਿਵ ਐਂਡ ਕੋਆਪਰੇਟਿਵ ਲਰਨਿੰਗ ਸਹਿਯੋਗੀ ਤੇ ਸਹਿਕਾਰੀ ਸਿੱਖਣ ਹੁਣ ਜਦੋਂ ਬੱਚਿਆਂ ਨੂੰ ਪੜਾਉਣਾ ਹੈ ਤਾਂ ਕਿਉਂਕਿ ਜਿਹੜੇ ਰਿਸੋਰਸਸ ਨੇ ਉਹ ਘੱਟ ਹੁੰਦੇ ਐ ਕਿਉਂਕਿ ਇਨ ਇਕਵੈਲਟੀ ਐ ਹਰ ਥਾਂ ਤੇ ਤਾਂ ਅਸੀਂ ਉਹਨੂੰ ਉਹਨਾਂ ਨੂੰ ਜਿਹੜੇ ਸਾਡੇ ਕੋਲ ਘੱਟ ਨੇ ਮੀਨ ਜਿੰਨੇ ਕੁ ਅਵੇਲੇਬਲ ਨੇ ਉਹਨਾਂ ਦੇ ਅਕੋਰਡਿੰਗ ਅਸੀਂ ਜਦੋਂ ਪੜਾਉਣਾ ਹੈ ਤਾਂ ਅਸੀਂ ਬੱਚਿਆਂ ਨੂੰ ਕਿਸ ਤਰੀਕੇ ਨਾਲ ਪੜਾਉਣਾ ਹੈ ਕੋਲੈਬੋਰੇਟਿਵ ਤੇ ਕੋਆਪਰੇਟਿਵ ਲਰਨਿੰਗ ਦੇ ਨਾਲ ਕਿ ਬੱਚੇ ਇਕੱਠੇ ਹੋ ਕੇ ਇੱਕ ਦੂਸਰੇ ਦੀ ਹੈਲਪ ਦੇ ਨਾਲ ਇੱਕ ਦੂਸਰੇ ਦੇ ਸਹਿਯੋਗ ਦੇ ਨਾਲ ਸਿੱਖਣ ਆਈਸੀਟੀ ਬੇਸਡ ਲਰਨਿੰਗ ਮੀਨਸ ਜਿਹਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜੀ ਟੈਕਨੋਲੋਜੀ ਹੈ ਉਹਨੂੰ ਯੂਜ਼ ਕਰੀ ਹੁਣ ਜਿਹੜਾ ਕਰੀਕੂਲਮ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਦੇ ਵਿੱਚ ਆਈਸੀਟੀ ਨੂੰ ਯੂਜ਼ ਕੀਤਾ ਹੋਵੇ ਆਈਸੀਟੀ ਮੀਨਜ਼ ਜਿਹਦੇ ਵਿੱਚ ਅਸੀਂ ਕੰਪਿਊਟਰ ਦੇ ਨਾਲ-ਨਾਲ ਇੰਟਰਨੈਟ ਦੀ ਵੀ ਵਰਤੋਂ ਕਰੀਏ ਕਿਉਂਕਿ ਇਹ ਨਾਲ ਬੱਚਿਆਂ ਨੂੰ ਪੜ੍ਹਾਉਣਾ ਵੀ ਸੌਖਾ ਹੈ ਸਿਖਾਉਣਾ ਵੀ ਸੌਖਾ ਹੈ ਤੇ ਉਹਨਾਂ ਨੂੰ ਨਾਲ-ਨਾਲ ਜਿਹੜੀ ਟੈਕਨੋਲੋਜੀ ਹੈ ਤੇ ਜਿਹੜੇ ਰਿਸੋਰਸਸ ਨੇ ਉਹਨਾਂ ਬਾਰੇ ਨੌਲੇਜ ਵੀ ਮਿਲਦੀ ਰਹੇਗੀ ਵਰਕ ਐਸ ਐਜੂਕੇਸ਼ਨ ਫਿਰ ਅਸੀਂ ਬੱਚਿਆਂ ਨੂੰ ਨਾਲ-ਨਾਲ ਕੰਮ ਦੀ ਸਿੱਖਿਆ ਵੀ ਦੇਣੀ ਹੈ ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹ ਅਵੇਅਰ ਹੋ ਸਕਣ ਆਪਣੇ ਰਿਸੋਰਸਸ ਤੇ ਟੈਕਨੋਲੋਜੀ ਦੀ ਅਵੇਲੇਬਿਲਿਟੀ ਬਾਰੇ ਇਹਦੇ ਵਿੱਚ ਜਿਹੜੀ ਇਨੀਕੁਐਲਟੀ ਹੈ ਉਹ ਕਿਉਂ ਪਾਈ ਜਾਂਦੀ ਹੈ ਜਦੋਂ ਸਾਰੇ ਬੱਚੇ ਵਰਕ ਐਜੂਕੇਸ਼ਨ ਲੈਣਗੇ ਤਾਂ ਹੌਲੀ-ਹੌਲੀ ਸਾਰੇ ਇਸ ਦੇ ਲਈ ਅਵੇਅਰ ਵੀ ਹੁੰਦੇ ਜਾਣਗੇ ਤੇ ਉਹਨਾਂ ਕੋਲ ਜਿਹੜੀ ਨੌਲੇਜ ਨਹੀਂ ਸੀ ਉਹਨੂੰ ਉਹ ਲੈਂਦੇ ਵੀ ਜਾਣਗੇ ਨੈਕਸਟ ਹੈ এনवायरमेंट ਐਜੂਕੇਸ਼ਨ ਐਜ਼ ਕੰਪਲਸਰੀ ਸਬਜੈਕਟ ਫਿਰ ਜਿਹੜੀ এনवायरमेंट ਦੇ ਨਾਲ ਰਿਲੇਟਡ ਐਜੂਕੇਸ਼ਨਲ ਸਿੱਖਿਆ ਉਹ ਸਾਰੇ ਬੱਚਿਆਂ ਦੇ ਲਈ ਕੰਪਲਸਰੀ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਅਸੀਂ ਚਾਹੁੰਦੇ ਆ ਕਿ ਜਿਹੜੇ ਗਲੋਬਲ ਇਸ਼ੂਜ਼ ਨੇ ਉਹਨਾਂ ਬਾਰੇ ਅਸੀਂ ਬੱਚਿਆਂ ਨੂੰ ਅਵੇਅਰ ਕਰਨਾ ਹੈ ਤਾਂ এনवायरमेंट ਨੂੰ ਇੱਕ ਕੰਪਲਸਰੀ ਸਬਜੈਕਟ ਦੇ ਤੌਰ ਤੇ ਪੜਾ ਕੇ ਅਸੀਂ ਬੱਚਿਆਂ ਨੂੰ ਬਹੁਤ ਛੇਤੀ ਅਵੇਅਰ ਕਰ ਸਕਦੇ ਆ ਤੇ ਨਾਲ ਸੌਖਾ ਵੀ ਹੈ ਹੁਣ ਅਸੀਂ ਜਦੋਂ ਕੰਪਲਸਰੀ ਸਬਜੈਕਟ ਹੋਇਆ ਤਾਂ ਸਾਨੂੰ ਟੈਨਸ਼ਨ ਨਹੀਂ ਹੋਏਗੀ ਕਿ ਅਸੀਂ ਇੱਕ ਬੱਚੇ ਨੂੰ ਹੀ ਪੜਾ ਰਿਹਾ ਉਹ ਸਾਰੇ ਬੱਚੇ ਸੇਮ ਜਿਹੜਾ ਸਬਜੈਕਟ ਹੈ ਸਾਰਿਆਂ ਥਾਂ ਮਾਂ ਤੇ ਉਹ ਪੜਨਗੇ ਨੈਕਸਟ ਹੈ ਕ੍ਰੀਏਟੀਵਿਟੀ ਅਮੰਗ ਸਟੂਡੈਂਟਸ ਜਿਹੜੇ ਬੱਚੇ ਨੇ ਉਹਨਾਂ ਵਿੱਚ ਜਿਹੜੀ ਕ੍ਰੀਏਟੀਵਿਟੀ ਹੈ ਉਹ ਵੀ ਪੈਦਾ ਕਰਨੀ ਹੈ ਕਿਉਂਕਿ ਜੇਕਰ ਅਸੀਂ ਬੱਚਿਆਂ ਦੇ ਵਿੱਚ ਕ੍ਰੀਏਟੀਵਿਟੀ ਪੈਦਾ ਕਰਾਂਗੇ ਉਹਨਾਂ ਨੂੰ ਕ੍ਰੀਏਟਿਵ ਬਣਾਵਾਂਗੇ ਰਚਨਾਤਮਕ ਬਣਾਵਾਂਗੇ ਤਾਂ ਹੌਲੀ-ਹੌਲੀ ਜਿਹੜੇ ਇਹ ਗਲੋਬਲ ਇਸ਼ੂਜ਼ ਨੇ ਬੱਚੇ ਉਹਨਾਂ ਬਾਰੇ ਆਪਣੇ ਆਪ ਹੀ ਅਵੇਅਰ ਹੁੰਦੇ ਜਾਣਗੇ ਨੈਕਸਟ ਹੈ ਵੋਕੇਸ਼ਨਲ ਐਂਡ ਸਕਿੱਲ ਟ੍ਰੇਨਿੰਗ ਟੂ ਸਟੂਡੈਂਟਸ ਫਿਰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਟ੍ਰੇਨਿੰਗ ਵੀ ਦੇਣੀ ਹੈ ਕਿਸ ਤਰ੍ਹਾਂ ਦੀ ਟ੍ਰੇਨਿੰਗ ਵੋਕੇਸ਼ਨਲ ਵੋਕੇਸ਼ਨਲ ਮੀਨਸ ਕਿਸੇ ਵੀ ਕਿੱਤੇ ਦੇ ਨਾਲ ਸੰਬੰਧਿਤ ਸਕਿੱਲ ਮੀਨਸ ਜਿਹੜੀਆਂ ਸਾਨੂੰ ਰੋਜ਼ਾਨਾ ਲਾਈਫ ਦੇ ਵਿੱਚ ਸਕਿੱਲਸ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਸਪੀਕਿੰਗ ਹੋ ਗਿਆ ਤਾਂ ਇਹ ਵੀ ਇੱਕ ਕਮਿਊਨੀਕੇਸ਼ਨ ਸਕਿੱਲ ਹੈ ਇਸ ਕਰਕੇ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਜਿਹੜੀਆਂ ਸਕਿੱਲਸ ਨੇ ਕੰਮ ਕਰਨ ਦੀ ਵੀ ਸਕਿੱਲ ਅਸੀਂ ਉਹਨਾਂ ਦੇ ਵਿੱਚ ਪੈਦਾ ਕਰਨੀਆਂ ਨੇ ਵੋਕੇਸ਼ਨਲ ਤੇ ਜਿਹੜੀਆਂ ਹੋਰ ਸਕਿੱਲਸ ਨੇ ਉਹਨਾਂ ਦੀ ਟ੍ਰੇਨਿੰਗ ਦੇਣੀ ਹੈ ਸਟੂਡੈਂਟਸ ਨੂੰ ਨੈਕਸਟ ਹੈ ਐਨਐਸਐਸ ਐਂਡ ਐਨਸੀਸੀ ਕੈਂਪ ਫਾਰ ਸਟੂਡੈਂਟ ਫਿਰ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਜਿਹੜੀ ਗਲੋਬਲ ਇਸ਼ੂਜ਼ ਦੇ ਨਾਲ ਰਿਲੇਟਡ ਅਵੇਅਰਨੈਸ ਹੈ ਜਾਂ ਸੈਂਸਟਾਈਜੇਸ਼ਨ ਆ ਪੈਦਾ ਕਰਨ ਦੇ ਲਈ ਜਿਹੜੇ ਐਨਐਸਐਸ ਤੇ ਐਨਸੀਸੀ ਕੈਂਪ ਨੇ ਉਹ ਲਗਾਏ ਜਾਣੇ ਚਾਹੀਦੇ ਨੇ ਟਰੀ ਪਲਾਂਟੇਸ਼ਨ ਬਾਏ ਸਟੂਡੈਂਟਸ ਸਟੂਡੈਂਟਸ ਦੇ ਦੁਆਰਾ ਜਿਹੜੀ ਟਰੀ ਪਲਾਂਟੇਸ਼ਨ ਆ ਉਹ ਕੀਤੀ ਜਾਣੀ ਚਾਹੀਦੀ ਹੈ ਮੀਨਸ ਬੱਚਿਆਂ ਨੂੰ ਅਸੀਂ ਨੇ ਮੋਟੀਵੇਟ ਕਰਨਾ ਹੈ ਕਿ ਤੁਸੀਂ ਨੇ ਵਕ ਵਕ ਥਾਵਾਂ ਤੇ ਜਿਹੜੇ ਪਲਾਂਟਸ ਨੇ ਉਹ ਲਗਾਉਣੇ ਆ ਕਿਉਂਕਿ ਇਹ ਨਾਲ ਜਿਹੜੇ ਬੱਚੇ ਨੇ ਹੁਣ ਜਿਵੇਂ ਇਹਦੇ ਵਿੱਚ ਕਿਹੜਾ ਗਲੋਬਲ ਇਸ਼ੂ ਆ ਜਾਏਗਾ ਸਾਡਾ ਜਿਹੜਾ ਆਲਾ ਦੋਲਾ ਸਾਡੀ ਇੰਜੀਨੀਅਰ ਸਾਊਂਡਿੰਗਸ ਨੇ ਹੁਣ ਅਸੀਂ ਕਹਿੰਦੇ ਕਿ ਇੰਨੀ ਜ਼ਿਆਦਾ ਗਰਮੀ ਵਧ ਰਹੀ ਹੈ ਉਹ ਗਰਮੀ ਵਧਣ ਦੇ ਕੀ ਕਾਰਨ ਨੇ ਕਿਉਂਕਿ ਜਿਹੜੇ ਟਰੀਜ਼ ਨੇ ਉਹਨਾਂ ਨੂੰ ਅਸੀਂ ਲਗਾਤਾਰ ਕੱਟਦੇ ਜਾ ਰਹੇ ਹਾਂ ਬਟ ਅਸੀਂ ਉਹਨਾਂ ਨੂੰ ਗਰੋ ਨਹੀਂ ਕਰ ਰਹੇ ਇਸ ਕਰਕੇ ਸੇ ਬੱਚਿਆਂ ਨੂੰ ਨੈਕਸਟ ਹੈ ਡਿਸਿਪਲਿਨਡ ਲਾਈਫ ਆਫ ਸਟੂਡੈਂਟਸ ਫਿਰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਅਸੀਂ ਡਿਸਿਪਲਿਨਡ ਲਾਈਫ ਜਿਉਣ ਦੇ ਲਈ ਸਿਖਾਉਣਾ ਹੈ ਕਿ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿ ਕੇ ਉਹਨੂੰ ਕਿਸ ਤਰੀਕੇ ਨਾਲ ਵਧੀਆ ਜਿਉਣ ਸਕਦੇ ਹੋ ਕਿਉਂਕਿ ਇੱਕ ਜਿਹੜੀ ਡਿਸਿਪਲਿਨਡ ਲਾਈਫ ਹੁੰਦੀ ਹੈ ਉਹ ਬਹੁਤ ਵਧੀਆ ਹੁੰਦੀ ਹੈ ਇਹਦੇ ਵਿੱਚ ਇੱਕ ਜਿਹੜਾ ਵਿਅਕਤੀ ਉਹ ਸੈਲਫ ਕੰਟਰੋਲ ਆਪਣੇ ਆਪਣੇ ਕੰਟਰੋਲ ਕਰਨਾ ਸਿੱਖ ਲੈਂਦਾ ਤੇ ਉਹਦੇ ਅਕੋਰਡਿੰਗ ਹੀ ਜਿਹੜੇ ਗਲੋਬਲ ਇਸ਼ੂਜ਼ ਨੇ ਉਹਨਾਂ ਦੇ ਨਾਲ ਵੀ ਉਹਨੂੰ ਜੋ ਜਣਾ ਆ ਜਾਂਦਾ ਹੈ ਕਿ ਜੇਕਰ ਚੀਜ਼ ਘਟਿਆ ਤਾਂ ਮੈਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਉਹਨਾਂ ਥਾਵਾਂ ਤੇ ਐਡਜਸਟ ਕਰ ਸਕਦਾ ਨੈਕਸਟ ਹੈ ਟੂ ਮੇਕ ਰਿਸਪੌਂਸਿਬਿਲਟੀਜ਼ ਹੁਣ ਜਿਹੜੇ ਬੱਚੇ ਨੇ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਰਿਸਪੌਂਸਿਬਿਲਟੀਜ਼ ਦੇਣੀਆਂ ਨੇ ਅਸਾਈਨ ਕਰਨੀਆਂ ਨੇ ਜ਼ਿੰਮੇਵਾਰੀਆਂ ਦੇਣੀਆਂ ਨੇ ਤੇ ਉਹਨਾਂ ਨਾਲ ਜਿਹੜੇ ਬੱਚੇ ਨੂੰ ਆਪਣੇ ਆਪ ਰਿਸਪੌਂਸਿਬਲ ਬਣਦੇ ਜਾਣਗੇ ਉਹਨਾਂ ਨੂੰ ਆਪਣੀ ਸੁਸਾਇਟੀ ਬਾਰੇ ਸੁਸਾਇਟੀ ਦੇ ਵਿੱਚ ਕਿਹੜੇ-ਕਿਹੜੇ ਮੇਨ ਇਸ਼ੂਜ਼ ਨੇ ਮੁੱਦੇ ਨੇ ਉਹਨਾਂ ਬਾਰੇ ਉਹਨਾਂ ਨੂੰ ਜਿਹੜੀ ਜਾਣਕਾਰੀ ਉਹ ਮਿਲਦੀ ਰਹੇਗੀ ਨੈਕਸਟ ਹੈ ਕਮਿਊਨਿਟੀ ਬੇਸਡ ਪ੍ਰੋਜੈਕਟਸ ਮਤਿਆਂ ਨੂੰ ਜਿਹੜੇ ਪ੍ਰੋਜੈਕਟ ਦੇਣੇ ਆ ਕੰਮ ਕਰਨ ਦੇ ਲਈ ਤਾਂ ਉਹ ਕਮਿਊਨਿਟੀ ਬੇਸਡ ਦੇਣੇ ਨੇ ਮੀਨਸ ਜਿਹੜੇ ਕਿ ਸਮੁਦਾਇ ਦੇ ਉੱਪਰ ਆਧਾਰਿਤ ਹੋਣ ਜਿਨ੍ਹਾਂ ਦੇ ਵਿੱਚ ਜਿਹੜੀ ਕਮਿਊਨਿਟੀ ਹੋ ਇਨਵੋਲਵ ਹੋਵੇ ਮੀਨਸ ਬੱਚਾ ਕਮਿਊਨਿਟੀ ਦੇ ਵਿੱਚ ਜਾ ਕੇ ਉੱਥੋਂ ਪਤਾ ਕਰੇ ਤੇ ਜਿਹੜਾ ਪ੍ਰੋਜੈਕਟ ਉਹਨੂੰ ਮਿਲਿਆ ਉਹਦੇ ਨਾਲ ਫਿਰ ਰਿਲੇਟਡ ਜਿਹੜੀ ਡਿਟੇਲ ਉੱਥੋਂ ਹੀ ਇਕੱਠੀ ਕਰਕੇ ਆਪਣਾ ਜਿਹੜਾ ਪ੍ਰੋਜੈਕਟ ਆ ਉਹ ਰੈਡੀ ਕਰੇ ਇਹ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਇਹਨਾਂ ਗਲੋਬਲ ਇਸ਼ੂਜ਼ ਬਾਰੇ ਜਿਹੜੀ ਨੌਲੇਜ ਆ ਉਹ ਮਿਲੇਗੀ ਨੈਕਸਟ ਹੈ ਆਪਟਿਮਮ ਯੂਜ਼ ਆਫ ਸਕੂਅਰ ਰਿਸੋਰਸਸ ਤੇ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਇਹ ਵੀ ਦੱਸਣਾ ਕਿ ਜਿਹੜੇ ਰਿਸੋਰਸ ਸਾਡੇ ਕੋਲ ਘਟ ਨੇ ਉਹਨਾਂ ਦਾ ਅਸੀਂ ਯੂਜ਼ ਕਿਸ ਤਰੀਕੇ ਨਾਲ ਕਰਨਾ ਆਪਟੀਮਮ ਯੂਜ਼ ਕਰਨਾ ਸੀ ਉਹਨਾਂ ਦਾ ਮੀਨਸ ਘੱਟ ਤੋਂ ਘੱਟ ਬਹੁਤ ਹੀ ਸੰਜਮ ਦੇ ਨਾਲ ਉਹਨਾਂ ਦੀ ਵਰਤੋਂ ਕਰਨੀ ਹੈ ਅਸੀਂ ਇਹ ਵੀ ਬੱਚਿਆਂ ਨੂੰ ਸਿਖਾਉਣਾ ਹੈ ਕਿਉਂਕਿ ਜਦੋਂ ਅਸੀਂ ਬੱਚੇ ਨੂੰ ਸਿਖਾਵਾਂਗੇ ਕਿ ਸਾਡੇ ਕੋਲ ਕੁਝ ਜਿਹੜੇ ਰਿਸੋਰਸ ਐਦਾਂ ਨੇ ਜਿਹੜੇ ਕਿ ਘਟਦੇ ਜਾ ਰਹੇ ਨੇ ਜਾਂ ਕੁਝ ਖਤਮ ਹੋ ਚੁੱਕੇ ਨੇ ਜਾਂ ਇਨ ਫਿਊਚਰ ਖਤਮ ਹੋ ਜਾਣਗੇ ਤਾਂ ਉਹਨਾਂ ਨੂੰ ਅਸੀਂ ਸਿਖਾਉਣਾ ਹੈ ਕਿ ਤੁਸੀਂ ਉਹਨਾਂ ਦੀ ਜਿਹੜੀ ਵਰਤੋਂ ਬਹੁਤ ਹੀ ਕੇਅਰਫੁਲੀ ਕਰਨੀ ਹੈ ਨੈਕਸਟ ਹੈ ਟੂ ਡਵੈਲਪ ਮੋਰਲ ਵੈਲਿਊਜ਼ ਬੱਚਿਆਂ ਵਿੱਚ ਜਿਹੜੀਆਂ ਮੋਰਲ ਵੈਲਿਊਜ਼ ਨੇ ਨੈਤਿਕ ਕਦਰਾਂ ਕੀਮਤਾਂ ਨੇ ਉਹ ਵੀ ਵਿਕਸਿਤ ਕਰਨੀਆਂ ਨੇ ਤਾਂ ਜੋ ਜਿਹੜੇ ਬੱਚੇ ਨੇ ਉਹ ਸਹੀ ਤਰੀਕੇ ਨਾਲ ਆਪਣੀ ਜਿਹੜੀ ਸੋਸਾਇਟੀ ਹੈ ਉਹਦੇ ਵਿੱਚ ਵਿਚਰਨਾ ਸਿੱਖ ਲੈਣ ਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਸਕੇ ਕਿ ਜੇਕਰ ਸਾਡੇ ਕੋਲ ਚੀਜ਼ਾਂ ਘੱਟ ਨੇ ਤਾਂ ਅਸੀਂ ਕਿਵੇਂ ਇੱਕ ਦੂਸਰੇ ਨੂੰ ਕੋਆਪਰੇਟ ਕਰਕੇ ਸਹਿਯੋਗ ਕਰਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਯੂਟਿਲਾਈਜ਼ ਕਰ ਸਕਦੇ ਆ ਨੈਕਸਟ ਹੈ ਆਰਗੇਨਾਈਜੇਸ਼ਨ ਆਫ ਸੈਮੀਨਾਰਸ ਐਂਡ ਲੈਕਚਰਸ ਅਸੀਂ ਬੱਚਿਆਂ ਦੇ ਲਈ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੈਮੀਨਾਰ ਨੇ ਤੇ ਜਿਹੜੇ ਲੈਕਚਰ ਨੇ ਉਹ ਆਰਗੇਨਾਈਜ਼ ਕਰਵਾ ਸਕਦੇ ਹਾਂ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਜਿਹੜੇ ਗਲੋਬਲ ਇਸ਼ੂਜ਼ ਨੇ ਭਾਵੇਂ ਟੈਕਨੋਲੋਜੀ ਦੇ ਨਾਲ ਰਿਲੇਟਡ ਹੈ ਭਾਵੇਂ ਸਾਡੇ এনवायरमेंट ਦੇ ਨਾਲ ਰਿਲੇਟਡ ਹੈ ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹ ਸਿੱਖ ਸਕਣ ਕਿ ਅਸੀਂ ਇਹਨਾਂ ਜਿਹੜੇ ਇਹ ਇਸ਼ੂਜ਼ ਨੇ ਉਹਨਾਂ ਨੂੰ ਕਿਵੇਂ ਅਸੀਂ ਹੈਂਡਲ ਕਰ ਸਕਦੇ ਹਾਂ ਕਿਵੇਂ ਅਸੀਂ ਉਹਨਾਂ ਦੇ ਉੱਪਰ ਕਾਬੂ ਪਾ ਸਕਦੇ ਹਾਂ ਤੇ ਬੱਤੇ ਨੂੰ ਵੀ ਇਹਦੇ ਨਾਲ ਪਤਾ ਲੱਗਦਾ ਹੈ ਕਿ ਇਹ ਜਿਹੜੀ ਇਨ ਇਕਵੈਲਟੀ ਹੈ ਮੀਨਸ ਅਸਮਾਨਤਾ ਹੈ ਉਹ ਕਿਉਂ ਹੈ ਨੈਕਸਟ ਹੈ ਟੂ ਗਿਵ ਅਪਡੇਟਡ ਇਨਫੋਰਮੇਸ਼ਨ ਟੂ ਸਟੂਡੈਂਟਸ ਫਿਰ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਕਿ ਸਾਡੇ ਗਲੋਬਲ ਇਸ਼ੂਜ਼ ਦੇ ਨਾਲ ਰਿਲੇਟਡ ਹੈ ਉਹਨਾਂ ਨਾਲ ਰਿਲੇਟਡ ਅਸੀਂ ਜਾਣਕਾਰੀ ਦੇ ਕੇ ਬੱਚਿਆਂ ਨੂੰ ਅਪਡੇਟ ਵੀ ਕਰਨਾ ਹੈ ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਜਿਹੜੀ ਅਵੇਅਰਨੈਸ ਹੋ ਟਾਈਮ ਟੂ ਟਾਈਮ ਪੈਦਾ ਹੁੰਦੀ ਰਹੇ ਨੈਕਸਟ ਹੈ ਲੇਜਰ ਟਾਈਮ ਐਕਟੀਵਿਟੀਜ਼ ਫਿਰ ਬੱਚਿਆਂ ਕੋਲ ਬਹੁਤ ਸਾਰਾ ਜਿਹੜਾ ਫ੍ਰੀ ਟਾਈਮ ਹੁੰਦਾ ਤਾਂ ਅਸੀਂ ਉਹਦੇ ਵਿੱਚ ਉਹਨਾਂ ਨੂੰ ਕੁਝ ਐਕਟੀਵਿਟੀਆਂ ਵੀ ਕਰਵਾ ਸਕਦੇ ਹਾਂ ਹੁਣ ਜਿਹੜੀਆਂ ਐਕਟੀਵਿਟੀਆਂ ਕਰਵਾਉਣੀਆਂ ਇਹ ਗਲੋਬਲ ਇਸ਼ੂਜ਼ ਦੇ ਨਾਲ ਰਿਲੇਟਡ ਹੀ ਹੋਣੇ ਚਾਹੀਦੀਆਂ ਨੇ ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹ ਇਹਨਾਂ ਮੁੱਦਿਆਂ ਤੋਂ ਜਿਹੜਾ ਇਹਨਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ ਤੇ ਉਹਨਾਂ ਦੇ ਵਿੱਚ ਜਿਹੜੀ ਸੈਂਸਟਾਈਜ਼ੇਸ਼ਨ ਨੇ ਬੱਚਿਆਂ ਦੇ ਵਿੱਚੋਂ ਪੈਦਾ ਹੋ ਸਕੇ ਨੈਕਸਟ ਹੈ ਮਿਨਿਮਮ ਯੂਜ਼ ਆਫ ਪੇਪਰ ਵਰਕ ਫਿਰ ਜਿਹੜਾ ਪੇਪਰ ਵਰਕ ਹੈ ਮੀਨਸ ਪੇਪਰ ਦੀ ਵਰਤੋਂ ਕੱਟ ਕਰਨੇ ਕੰਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿਉਂਕਿ ਜਿਹੜਾ ਕਾਗਜ਼ ਹੈ ਉਹਨੂੰ ਬਣਾਉਣ ਦੇ ਲਈ ਵੀ ਹੁਣ ਅਸੀਂ ਕਿਹੜੀ ਚੀਜ਼ ਦੀ ਵਰਤੋਂ ਕਰਦੇ ਹਾਂ ਦਰਖਤਾਂ ਨੂੰ ਅਸੀਂ ਕੱਟਦੇ ਹਾਂ ਦਰਖਤਾਂ ਨੂੰ ਕੱਟਣ ਤੋਂ ਬਾਅਦ ਅਸੀਂ ਜਿਹੜਾ ਪੇਪਰ ਹੈ ਉਹ ਤਿਆਰ ਕਰਦੇ ਹਾਂ ਤਾਂ ਬੱਚਿਆਂ ਨੂੰ ਅਸੀਂ ਨਵਤਬਦ ਮੋਟੀਵੇਟ ਕਰਨਾ ਹੈ ਕਿ ਤੁਸੀਂ ਪੇਪਰ ਵਰਕ ਹੈ ਜਿਹੜਾ ਉਹ ਕੱਟ ਕਰਨਾ ਹੈ ਉਹ ਜਦ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਅਸੀਂ ਆਪਣੇ ਪੇਪਰ ਨੂੰ ਆਪਣੇ ਕਾਗਜ਼ ਦੀ ਜਿਹੜੀ ਵਰਤੋਂ ਹੈ ਬਿਲਕੁਲ ਸਹੀ ਤਰੀਕੇ ਨਾਲ ਕਰਨੀ ਹੈ ਇਹ ਨਹੀਂ ਹੈ ਕਿ ਜਿਹੜੇ ਪੇजेस ਨੇ ਉਹਨਾਂ ਨੂੰ ਖਰਾਬ ਕਰਦੇ ਜਾਓ ਨੈਕਸਟ ਹੈ ਰੀਸਾਈਕਲਿੰਗ ਆਫ ਰਿਸੋਰਸ ਮਟੀਰੀਅਲਸ ਫਿਰ ਸੇ ਬੱਚਿਆਂ ਨੂੰ ਨਾਲ-ਨਾਲ ਇਹ ਵੀ ਅਵੇਅਰ ਕਰਨਾ ਹੈ ਕਿ ਕੁਝ ਜਿਹੜੇ ਰਿਸੋਰਸਸ ਐਦਾਂ ਦੇ ਹੁੰਦੇ ਨੇ ਕੁਝ ਮਟੀਰੀਅਲ ਐਦਾਂ ਦਾ ਹੁੰਦਾ ਹੈ ਜਿਨ੍ਹਾਂ ਨੂੰ ਕੇ ਰੀਸਾਈਕਲ ਕੀਤਾ ਜਾ ਸਕਦਾ ਹੈ ਮੀਨਸ ਅੱਜ ਅਸੀਂ ਵਰਤਿਆ ਤਾਂ ਉਹਨੂੰ ਅਸੀਂ ਰੀਸਾਈਕਲ ਕਰਕੇ ਮੀਨਸ ਉਹਨਾਂ ਅਸੀਂ ਉਹਦੀ ਜਿਹੜੀ ਵਰਤੂ ਉਹ ਕਰ ਸਕਦੇ ਹਾਂ ਇਹਨਾਂ ਨਾਲ ਜਿਹੜੇ ਵਿਦਿਆਰਥੀ ਨੇ ਉਹ ਚੀਜ਼ਾਂ ਨੂੰ ਇਧਰ-ਉਧਰ ਵੇਸਟੇਜ ਦੇ ਵਿੱਚ ਨਹੀਂ ਸੁੱਟਣਗੇ ਸਗੋਂ ਉਹਨਾਂ ਦਾ ਰੀਸਾਈਕਲ ਕਰਨ ਦੇ ਵਿੱਚ ਜਿਹੜੀ ਹੈਲਪ ਹੈ ਉਹ ਕਰਨਗੇ ਜਿੱਥੇ ਕੇ ਰੀਸਾਈਕਲ ਕੀਤਾ ਜਾ ਰਿਹਾ ਹੈ ਰੀਡਕਸ਼ਨ ਆਫ ਵੇਸਟੇਜ ਤੇ ਜਿਹੜੀ ਵੇਸਟੇਜ ਐ ਉਦੋਂ ਵੀ ਘੱਟ ਕਰਨਾ ਹੈ ਕਿਸੇ ਵੀ ਤਰ੍ਹਾਂ ਦੀ ਵੇਸਟੇਜ ਭਾਵੇਂ ਅਸੀਂ ਖਾਣ ਪੀਣ ਦੀ ਚੀਜ਼ ਦੀ ਹੀ ਗੱਲ ਕਰ ਲਈਏ ਹੁਣ ਜਿਵੇਂ ਕਿ ਅਸੀਂ ਪੇਪਰ ਯੂਜ਼ ਕਰਨ ਦੀ ਗੱਲ ਕੀਤੀ ਸੀ ਜਾਂ ਜਿਹੜੇ ਸਾਡੇ ਹੋਰ ਰਿਸੋਰਸਸ ਨੇ ਭਾਵੇਂ ਸਾਡੀ ਟੈਕਨੋਲੋਜੀ ਐ ਜਿਹੜੇ ਕਿ ਸਾਡੇ ਗਲੋਬਲ ਇਸ਼ੂਜ਼ ਦੇ ਨਾਲ ਸੰਬੰਧਿਤ ਨੇ ਜਿਵੇਂ ਕਿ ਹੁਣ ਅਸੀਂ ਪਾਣੀ ਦੀ ਗੱਲ ਕਰ ਲਈਏ ਅਸੀਂ ਕਹਿ ਰਹੇ ਹਾਂ ਕਿ ਪਾਣੀ ਐ ਜਿਹੜਾ ਧਰਤੀ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਸ਼ਾਇਦ ਹੋ ਸਕਦਾ ਕਿ ਜਿਹੜਾ ਪਾਣੀ ਹੈ ਉਹ ਬਹੁਤ ਘੱਟ ਹੀ ਮਿਲੇ ਇਸ ਕਰਕੇ ਜਿਹੜੇ ਸਾਡੇ ਇਸ ਤਰ੍ਹਾਂ ਦੇ ਰਿਸੋਰਸਸ ਨੇ ਉਹਨਾਂ ਦੀ ਜਿਹੜੀ ਵੇਸਟੇਜ ਹੈ ਉਹਨੂੰ ਵੀ ਅਸੀਂ ਨੇ ਘੱਟ ਕਰਨਾ ਹੈ ਰੋਕਣਾ ਹੈ ਉਹਨੂੰ ਨੈਕਸਟ ਹੈ ਮੈਕਸਿਮਮ ਯੂਜ਼ ਆਫ ਸੋਲਰ ਡਿਵਾਈਸਸ ਫਿਰ ਜਿਹੜੇ ਵਾਤਵਾਰ ਸੋਲਰ ਡਿਵਾਈਸਸ ਨੇ ਉਹਨਾਂ ਨੂੰ ਯੂਜ਼ ਕਰਨਾ ਹੈ ਕਿਉਂਕਿ ਹੁਣ ਜੇਕਰ ਅਸੀਂ ਬਿਜਲੀ ਦੀ ਵਰਤੋਂ ਕਰ ਰਹੇ ਹਾਂ ਬਿਜਲੀ ਕਿੱਥੋਂ ਬਣਦੀ ਹੈ ਪਾਣੀ ਤੋਂ ਬਟ ਹੁਣ ਜੇਕਰ ਅਸੀਂ ਸੋਲਰ ਡਿਵਾਈਸਸ ਯੂਜ਼ ਕਰ ਰਹੇ ਹਾਂ ਸੋਲਰ ਸਿਸਟਮ ਲੱਗੇ ਹੋਏ ਨੇ ਤਾਂ ਉਹਦੇ ਨਾਲ ਜਿਹੜੇ ਸਾਡੇ ਦੂਸਰੇ ਰਿਸੋਰਸਸ ਨੂੰ ਬਚੇ ਰਹਿਣਗੇ ਤੇ ਜਿਹੜੇ ਸੋਲਰ ਡਿਵਾਈਸਸ ਨੇ ਉਹਨਾਂ ਦੀ ਜਿਹੜੀ ਵਰਤੋਂ ਆ ਇਸ ਕਰਕੇ ਉਹਨੂੰ ਵਧਾਉਣਾ ਚਾਹੀਦਾ ਹੈ ਅਸੀਂ ਬੱਚਿਆਂ ਨੂੰ ਅਵੇਅਰ ਕਰਨਾ ਹੈ ਕਿ ਜਿਹੜੀ ਸੋਲਰ ਡਿਵਾਈਸਸ ਨੇ ਇਹ ਸਾਨੂੰ ਦੇਖੋ ਫ੍ਰੀ ਆਫ ਕਾਸਟ ਨੇ ਅਸੀਂ ਇੱਕ ਵਾਰ ਜਿਹੜਾ ਸੋਲਰ ਸਿਸਟਮ ਤੇ ਪੈਸਾ ਲਗਾ ਲਵਾਂਗੇ ਬਟ ਸਾਨੂੰ ਜਿਹੜੇ ਉਸ ਤੋਂ ਬਾਅਦ ਬੈਨੀਫਿਟਸ ਨੇ ਇਹਦੇ ਫ੍ਰੀ ਆਫ ਕਾਸਟ ਹੀ ਹੋਣਗੇ ਨੈਕਸਟ ਹੈ ਟੂ ਇਨਕਰੀਜ਼ ਇੰਡੀਵਿਜੂਅਲ ਲਰਨਿੰਗ ਫਿਰ ਅਸੀਂ ਬੱਚਿਆਂ ਨੂੰ ਜਿਹੜੇ ਵਿਅਕਤੀਗਤ ਸਿੱਖਣ ਦੇ ਲਈ ਵੀ ਉਤਸ਼ਾਹਿਤ ਕਰਨਾ ਹੈ ਕਿ ਉਹ ਆਪਣੇ ਆਪ ਵੀ ਕੁਝ ਨਾ ਕੁਝ ਸਿੱਖਦੇ ਰਹਿਣ ਜ਼ਰੂਰੀ ਨਹੀਂ ਕਿ ਕਲਾਸ ਦੇ ਵਿੱਚ ਬੱਚੇ ਗਰੁੱਪ ਦੇ ਵਿੱਚ ਬੈਠੇ ਨੇ ਟੀਚਰ ਉਦੋਂ ਹੀ ਉਹਨਾਂ ਨੂੰ ਸਿਖਾਵੇ ਬੱਚੇ ਇੰਡੀਵਿਜੂਅਲੀ ਵੀ ਹਰ ਤਰ੍ਹਾਂ ਜਿਹੜੇ ਗਲੋਬਲ ਇਸ਼ੂਜ਼ ਨੇ ਕਿਤੋਂ ਵੀ ਜਿਹੜੀ ਇਹਨਾਂ ਨਾਲ ਰਿਲੇਟਡ ਜਿਹੜੀ ਇਨਫਾਰਮੇਸ਼ਨ ਆਹੋ ਲੈ ਸਕਦੇ ਤੇ ਆਪਣੇ ਨਾਲ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਉਹ ਸ਼ੇਅਰ ਕਰ ਸਕਦੇ ਨੈਕਸਟ ਸਟੂ ਪ੍ਰਫੇਅਰ ਫਾਰ ਫਿਊਚਰ ਹਰ ਨੈਕਸਟ ਅਸੀਂ ਬੱਚਿਆਂ ਦੇ ਵਿੱਚ ਜਿਹੜੀ ਸੈਂਸਟਾਈਜੇਸ਼ਨ ਆ ਉਹ ਇਸ ਤਰੀਕਾ ਨਾਲ ਪੈਦਾ ਕਰ ਸਕਦੇ ਕਿ ਅਸੀਂ ਬੱਚਿਆਂ ਨੂੰ ਫਿਊਚਰ ਦੇ ਲਈ ਤਿਆਰ ਕਰਨਾ ਹੈ ਕਿਉਂਕਿ ਅਸੀਂ ਸਾਰੇ ਜੀ ਅੱਜ ਅਸੀਂ ਕੋਈ ਵੀ ਕੰਮ ਕਰ ਰਹੇ ਹਾਂ ਕੋਈ ਸਟੱਡੀ ਕਰ ਰਹੇ ਹਾਂ ਕੋਈ ਜੌਬ ਕਰ ਰਹੇ ਹਾਂ ਤਾਂ ਸੇ ਇਹ ਦੇਖ ਕੇ ਕਰ ਰਹੇ ਹਾਂ ਕਿ ਅਸੀਂ ਫਿਊਚਰ ਸਾਡਾ ਵਧੀਆ ਹੋਣਾ ਚਾਹੀਦਾ ਇਸ ਕਰਕੇ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਹੈ ਤਾਂ ਇਹ ਦੇਖਣਾ ਕਿ ਅਸੀਂ ਉਹਨਾਂ ਨੂੰ ਫਿਊਚਰ ਦੇ ਲਈ ਤਿਆਰ ਕਰਦੇ ਹੋਈਏ ਤਾਂ ਜੋ ਜਿਹੜੇ ਬੱਚੇ ਨੇ ਉਹਨਾਂ ਨੂੰ ਸਹੀ ਤਰੀਕੇ ਦੀ ਗਾਈਡੈਂਸ ਮਿਲਣ ਤੋਂ ਬਾਅਦ ਉਹ ਆਪਣਾ ਜਿਹੜਾ ਕੋਈ ਵੀ ਸਹੀ profession ਆ ਜਾਂ ਸਹੀ ਜਿਹੜਾ ਲਾਈਨ ਹੈ ਰਸਤਾ ਉਹਨੂੰ ਚੂਜ਼ ਕਰ ਸਕਣ ਨੈਕਸਟ ਹੈ ਇਨਕ੍ਰੀਜ਼ ਗਰੁੱਪ ਵਰਕ ਫਿਰ ਅਸੀਂ ਬੱਚਿਆਂ ਨੂੰ ਇੰਡੀਵਿਜੂਅਲ ਲਰਨਿੰਗ ਦੇ ਨਾਲ ਨਾਲ ਜਿਹੜਾ ਗਰੁੱਪ ਵਰਕ ਹੈ ਉਹਦੇ ਲਈ ਵੀ ਅਸੀਂ ਐਨਕ੍ਰੇਜ ਕਰਨਾ ਹੈ ਉਹਨਾਂ ਨੂੰ ਮੋਟੀਵੇਟ ਕਰਨਾ ਹੈ ਉਤਸ਼ਾਹਿਤ ਕਰਨਾ ਹੈ ਤਾਂ ਜੋ ਜਿਹੜੇ ਬੱਚੇ ਨੇ ਉਹ ਜਿਹੜੇ ਰਿਸੋਰਸਸ ਨੇ ਜਿਨ੍ਹਾਂ ਲਈ ਅਸੀਂ ਕਹਿੰਦੇ ਵੀ ਗਿਣਤੀ ਘਟ ਰਹੀ ਹੈ ਉਹਨਾਂ ਦੀ ਮਾਤਰਾ ਘਟ ਰਹੀ ਹੈ ਤਾਂ ਬੱਚੇ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕਰਨਾ ਸਿੱਖ ਸਕਣ ਹੁਣ ਜਿਵੇਂ ਕਿ ਅਸੀਂ ਕੋਈ ਪ੍ਰੋਜੈਕਟ ਵਰਕ ਦੇ ਰਹੇ ਹਾਂ ਤਾਂ ਜਦੋਂ ਅਸੀਂ ਇੰਡੀਵਿਜੂਅਲ ਬੱਚੇ ਨੂੰ ਦੇ ਰਹੇ ਹਾਂ ਤਾਂ ਉੱਥੇ ਬੱਚਾ ਜ਼ਿਆਦਾ ਖਰਚ ਕਰੇਗਾ ਪਰ ਜਦੋਂ ਅਸੀਂ ਉਸੇ ਕੰਮ ਨੂੰ ਗਰੁੱਪ ਦੇ ਵਿੱਚ ਡਿਵਾਈਡ ਕਰਕੇ ਦੇ ਰਹੇ ਹਾਂ ਤਾਂ ਸਾਰਾ ਜਿਹੜਾ ਬਰਡਨ ਹੈ ਇੱਕ ਬੱਚੇ ਵਾਲਾ ਸਾਰੇ ਗਰੁੱਪ ਦੇ ਵਿੱਚ ਵੰਡਿਆ ਜਾਏਗਾ ਨੈਕਸਟ ਹੈ ਅਵੇਅਰਨੈਸ ਅਬਾਊਟ ਪੋਲੂਸ਼ਨ ਕੰਟਰੋਲ ਫਿਰ ਜਿਹੜਾ ਪੋਲੂਸ਼ਨ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ ਇਹਦੇ ਬਾਰੇ ਵੀ ਅਸੀਂ ਬੱਚਿਆਂ ਨੂੰ ਅਵੇਅਰ ਕਰਨਾ ਹੈ ਤਾਂ ਜੋ ਜਿਹੜੇ ਬੱਚੇ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਡੇ ਗਲੋਬਲ ਇਸ਼ੂਸ ਨੇ ਉਹਨਾਂ ਤੋਂ ਅਵੇਅਰ ਹੋ ਸਕਣ ਨੈਕਸਟ ਹੈ ਟੂ ਇੰਪਰੂਵ ਨੌਲੇਜ ਰੀਟੈਂਸ਼ਨ ਨੌਲੇਜ ਰੀਟੈਂਸ਼ਨ ਮੀਨਸ ਆਪਣੇ ਗਿਆਨ ਨੂੰ ਯਾਦ ਕਿਵੇਂ ਰੱਖਣਾ ਉਹ ਵੀ ਅਸੀਂ ਇਹਨਾਂ ਬੱਚਿਆਂ ਨੂੰ ਇੰਪਰੂਵ ਕਰਾਉਣਾ ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ ਬਾਰ ਬਾਰ ਬੱਚਿਆਂ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਰਿਪੀਟ ਕਰ ਰਹੇ ਹਾਂ ਤਾਂ ਬੱਚੇ ਉੱਥੋਂ ਜ਼ਿਆਦਾ ਵਧੀਆ ਸਿੱਖਣਗੇ ਜਾਂ ਅਸੀਂ ਕੁਝ ਕਮਿਊਨਿਟੀ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਕਿ ਬੱਚੇ ਖੁਦ ਕਮਿਊਨਿਟੀ ਮੈਂਬਰਸ ਨਾਲ ਗੱਲਬਾਤ ਕਰਨਗੇ ਤੇ ਉੱਥੋਂ ਸਿੱਖਣਗੇ ਤਾਂ ਇਹਨਾਂ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜੀ ਜਿਹੜਾ ਗਿਆਨ ਉਹ ਲੈ ਰਹੇ ਨੇ ਪ੍ਰਾਪਤ ਕਰ ਰਹੇ ਨੇ ਉਹਨੂੰ ਵਧੀਆ ਤਰੀਕੇ ਨਾਲ ਇੰਪਰੂਵ ਕਰ ਸਕਦੇ ਨੇ ਉਹਨਾਂ ਨੂੰ ਜ਼ਿਆਦਾ ਦੇਰ ਤੱਕ ਯਾਦ ਰੱਖ ਸਕਦੇ ਨੇ ਡੀਅਰ ਸਟੂਡੈਂਟਸ ਇਸ ਇਸ ਸੈਂਸਟਾਈਜੇਸ਼ਨ ਆਫ ਸਟੂਡੈਂਟਸ ਔਨ ਦਾ global issues of resource and technology availability inequality thanks for watching